ਪਿਆਰ ਕਬਜ਼ਾ ਨਹੀਂ ਪਹਿਚਾਨ ਹੈ ਗੁਰਬਖਸ਼ ਸਿੰਘ ਦੀ ਲਿਖੀ ਕਹਾਣੀ ਦਾ ਦੂਸਰਾ ਭਾਗ ਹੈਲਿਨਾ ਦਾ ਕਪਤਾਨ ਸਵੀਟੀ ਨਾਲ ਸਮਾਜਿਕ ਰਿਸ਼ਤਾ ਜ਼ਰਾ ਵੀ ਨਹੀਂ ਸੀ ਬਦਲਿਆ ਉਸੇ ਤਰ੍ਹਾਂ ਹੀ ਉਹ ਨੂੰ ਵੇਖ ਕੇ ਪ੍ਰਸੰਨ ਹੁੰਦੀ ਸੀ ਪਰ ਕਪਤਾਨ ਸਵੀਟੀ ਦੇ ਪਿਆਰ ਸੋਮੇ ਚ ਈਰਖਾ ਤੇ ਨਫਰਤ ਦੀ ਜ਼ਹਿਰੀਲੀ ਛਿੱਟ ਆ ਮਿਲੀ ਸੀ ਉਹਦੀਆਂ ਆਦਾਵਾਂ ਵਿੱਚੋਂ ਪੁਰਾਣਾ ਜਾਦੂ ਘਟਦਾ ਜਾ ਰਿਹਾ ਸੀ ਉਹ ਮਿਸਟਰ ਪ੍ਰਿੰਸ ਦਾ ਜ਼ਿਕਰ ਕਰਦੇ ਆਂ ਜਾਂ ਸੁਣਦਿਆਂ ਹੀ ਬੇਕਾਬੂ ਹੋ ਜਾਂਦਾ ਸੀ ਤੇ ਇਹੋ ਜੇ ਬਚਨ ਬੋਲ ਦਿੰਦਾ ਸੀ ਜਿਹੜੇ ਉਸ ਸ਼ਹਿਰ ਦੇ ਅਤ ਸੁੰਦਰ ਤੇ ਸੁਸ਼ੀਲ ਆਦਮੀ ਨੂੰ ਕ੍ਰੂਪਤਾ ਦੀ ਤਸਵੀਰ ਬਣਾ ਦਿੰਦੇ ਸਨ ਹੈਲਿਨਾ ਨੇ ਪ੍ਰਿੰਸ ਦੇ ਕਿਸੇ ਲੈਕਚਰ ਦੀ ਅਖਬਾਰੀ ਰਿਪੋਰਟ ਪੜ੍ਹਿਆ ਸੀ ਸੁੰਦਰਤਾ ਅੰਤਮ ਸ਼ਬਦਾਂ ਵਿੱਚ ਸਵੈ ਕਾਬੂ ਚ ਲਿਆਂਦੀ ਤਬੀਅਤ ਦਾ ਸਾਵਾਂ ਪਨ ਹੈ ਪਰ ਜਦੋਂ ਸਵੀਟੀ ਪ੍ਰਿੰਸ ਦਾ ਜ਼ਿਕਰ ਸੁਣਦਿਆਂ ਹੀ ਬੋਲ ਉੱਠਦਾ ਸੀ ਮੈਂ ਸਾਦਮੀ ਨੂੰ ਨਫ਼ਰਤ ਕਰਦਾ ਤੇ ਨਾਲੇ ਇਹਦੇ ਫਲਸਫੇ ਨੂੰ ਉਦੋਂ ਉਹਦੀਆਂ ਮਿੱਠੀਆਂ ਨੀਲੀਆਂ ਅੱਖਾਂ ਕਿਸੇ ਹਨੇਰੀ ਦਾ ਗੁਬਾਰ ਦਿਸਦੀਆਂ ਸਨ ਸੋਹਣੇ ਬੁੱਲਾਂ ਦਾ ਪੁਸ਼ਪ ਵਰਗਾ ਕੁੰਡਲ ਤਲਵਾਰ ਵਾਂਗ ਸਿੱਧਾ ਹੋ ਜਾਂਦਾ ਸੀ ਚੌੜਾ ਖੇੜਵਾ ਮੱਥਾ ਵੱਟੋ ਵੱਟ ਹੋ ਜਾਂਦਾ ਤੇ ਉਹਦਾ ਸਰੂ ਕਦ ਘੁੱਬਾ ਘੁੱਬਾ ਜਾਪਣ ਲੱਗ ਪੈਂਦਾ ਹਲੀਨਾ ਸਮਝਾਉਂਦੀ ਤੁਸੀਂ ਨਫ਼ਰਤ ਦੀ ਖੇਚਲ ਹੀ ਕਿਉਂ ਕਰਦੇ ਹੋ ਉਹਨੂੰ ਤੁਸੀਂ ਕਦੀ ਮਿਲੇ ਨਹੀਂ ਨਾ ਉਸ ਤੋਂ ਅੱਡਾ ਰਾਹ ਕਦੇ ਉਲੰਘਿਆ ਹੈਲਿਨਾ ਵੇਖ ਰਹੀ ਸੀ ਜਿੱਥੇ ਅੱਗੇ ਕਪਤਾਨ ਸਵੀਟੀ ਹੈਲਿਨਾ ਦੀ ਅੰਤਰੀਵ ਅਸੰਤੁਸ਼ਟਤਾ ਨੂੰ ਆਪਣੀ ਸੁੰਦਰ ਅਦਾ ਤੇ ਖੁਸ਼ ਹਲਕੀ ਨਾਲ ਭਰੀ ਰੱਖਣ ਦਾ ਯਤਨ ਕਰਦਾ ਸੀ ਉੱਥੋਂ ਹੁਣ ਉਹ ਦਿਲਾਸੇ ਤੇ ਤਸੱਲੀ ਦਾ ਮੁਹਤਾਜ ਜਾਪਦਾ ਸੀ ਉਹਨੂੰ ਸਦਾ ਇਸ ਯਕੀਨ ਦੀ ਲੋੜ ਜਾਪਦੀ ਸੀ ਕਿ ਹੈਲਿਨਾ ਉਸ ਕੋਲੋਂ ਖੁਸਤੀ ਜਾ ਰਹੀ ਹੈ ਇਹ ਯਕੀਨ ਜਦੋਂ ਵੀ ਡੋਲਦਾ ਉਹਦਾ ਹਿਰਦਾ ਨਫ਼ਰਤ ਨਾਲ ਖੋਲਦਾ ਮਾਲੂਮ ਹੁੰਦਾ ਸੀ ਹੈਲਿਨਾ ਮਿਸਟਰ ਪ੍ਰਿੰਸ ਦਾ ਜ਼ਿਕਰ ਵਾ ਲੱਗਦੇ ਆ ਕਦੇ ਨਾ ਹੋਣ ਦਿੰਦੀ ਤੇ ਜੇ ਕਦੀ ਅਖਬਾਰ ਚ ਉਸ ਬਾਬਤ ਕੁਝ ਪੜ੍ਹ ਕੇ ਕਪਤਾਨ ਸਵੀਟੀ ਬੇਆਰਾਮ ਹੋ ਜਾਂਦਾ ਤਾਂ ਹੈਲਿਨਾ ਆਪਣੀ ਚਮਕੀਲੀ ਮਿੱਤਰਤਾ ਨਾਲ ਉਹਨੂੰ ਸੁੱਖ ਦਿੰਦੀ ਪਰ ਹੈਲਿਨਾ ਨੇ ਜਦੋਂ ਤੋਂ ਕਪਤਾਨ ਸਵੀਟੀ ਕੋਲੋਂ ਪਿਆਰ ਲੈਣ ਦੀ ਥਾਂ ਪਿਆਰ ਦੇਣਾ ਸ਼ੁਰੂ ਕਰ ਦਿੱਤਾ ਸੀ ਹੈਲਿਨਾ ਦੀ ਪਿਆਰ ਕਰਨ ਦੀ ਭੁੱਖ ਦਿਨੋਂ-ਦਿਨ ਚਮਕਦੀ ਜਾ ਰਹੀ ਸੀ ਉਹਦੇ ਕੰਨਾਂ 'ਚ ਮਿਸਟਰ ਪ੍ਰਿੰਸ ਦੇ ਸ਼ਬਦ ਗੂੰਜਦੇ ਰਹਿੰਦੇ ਸਨ ਆਦਰਸ਼ ਪਿਆਰ ਗੁੰਝਲੰਗ ਖੋਲਦਾ ਫਕੀ ਸਮੇ ਸੁਖਾਲੀ ਕਰਦੀ ਇਹ ਕਬਜ਼ਾ ਨਹੀਂ ਇੱਕ ਪਹਿਚਾਨ ਹੈ ਤਹਿਲੀਣਾ ਹੁਣ ਬੜੇ ਸ਼ੌਕ ਨਾਲ ਜਿਨ੍ਹਾਂ ਅੱਖਾਂ ਵਿੱਚ ਵੀ ਝਾਂਤ ਪੈ ਸਕੇ ਪਾਇਆ ਕਰਦੀ ਸੀ ਉਹਨੂੰ ਆਪਣੇ ਪਤੀ ਬਾਬਤ ਬੜੀਆਂ ਸ਼ਿਕਾਇਤਾਂ ਹਨ ਉਹ ਸਮਝਦੀ ਸੀ ਉਹਦੇ ਪਤੀ ਦਾ ਪ੍ਰੀਤਮ ਉਹਦਾ ਵਿਹਾਰ ਹੈ ਉਹ ਪਤੀ ਦੀ ਦਿਨ ਰਾਤ ਦੀ ਮਿਹਨਤ ਦੇ ਸਿੱਟੇ ਮੰਨਦੀ ਸੀ ਪਰ ਪਤੀ ਨੂੰ ਆਪਣੇ ਵੱਲੋਂ ਲਾਪਰਵਾਹ ਖਿਆਲ ਕਰਕੇ ਅਸੰਤੁਸ਼ਟ ਰਹਿੰਦੀ ਸੀ ਇਸੇ ਲਈ ਕਪਤਾਨ ਸਵੀਟੀ ਨਾਲ ਮਿੱਤਰਤਾ ਨੂੰ ਪਿਆਰੀ ਲੱਗਦੀ ਸੀ ਪਰ ਉਸ ਕਦੇ ਨਹੀਂ ਸੀ ਵਿਚਾਰਿਆ ਕਿ ਕਿਕਰ ਉਹਦਾ ਪਤੀ ਕਪਤਾਨ ਸਵੀਟੀ ਨੂੰ ਪਤਨੀ ਦੀ ਖੁਸ਼ੀ ਸਦਕਾ ਪ੍ਰਵਾਨ ਕਰਦਾ ਸੀ। ਉਸ ਇੱਕ ਵਾਰੀ ਵੀ ਮੱਥੇ ਤੇ ਈਰਖਾ ਦਾ ਵੱਟ ਨਹੀਂ ਸੀ ਪੈਣ ਦਿੱਤਾ। ਉਹ ਜਦੋਂ ਵੀ ਐਤਵਾਰ ਘਰ ਹੋਵੇ ਕਪਤਾਨ ਸਵੀਟੀ ਨੂੰ ਖਾਣੇ ਤੇ ਬੁਲਾਉਂਦਾ ਤੇ ਹਰ ਤਰ੍ਹਾਂ ਆਪਣੀ ਪਤਨੀ ਦੀ ਖੁਸ਼ੀ 'ਚ ਸ਼ਾਮਲ ਹੋਣ ਦਾ ਯਤਨ ਕਰਦਾ ਸੀ। ਉਸ ਦਿਨ ਇੱਕ ਵਾਰੀ ਵੀ ਆਪਣੇ ਵਿਹਾਰ ਦਾ ਚੇਤਾ ਨਹੀਂ ਸੀ ਕਰਦਾ। ਹੈਲਿਨਾ ਨੂੰ ਹੁਣ ਇਹ ਨਾ ਗੱਲਾਂ ਦੀ ਕਦਰ ਜਾਪਣ ਲੱਗ ਪਈ ਸੀ। ਉਹਦੇ ਸ਼ਿਕਾਇਤਾਂ ਭਰੇ ਜੀਵਨ 'ਚ ਕਿਰਤਗਤਾ ਦੀ ਕੋਈ ਕਿਰਨ ਕਿਤੋਂ ਆਪਈ ਸੀ ਉਹ ਜਾਣਦੀ ਸੀ ਜਿੱਥੋਂ ਇਹ ਕਿਰਨ ਆਈ ਸੀ ਤੇ ਉਹ ਕਈ ਵਾਰ ਇਸ ਕਿਰਨ ਦੇ ਸੂਰਜ ਨੂੰ ਨੇੜਿਓਂ ਵੇਖਣਾ ਚਾਹੁੰਦੀ ਸੀ ਪਰ ਕਪਤਾਨ ਸਵੀਟੀ ਦੀ ਬੇਅਰਾਮੀ ਦਾ ਖਿਆਲ ਉਹਨੂੰ ਵਰਜਦਾ ਰਹਿੰਦਾ ਸੀ ਇੱਕ ਐਤਵਾਰ ਦੀ ਸਵੇਰ ਉਹ ਵਰਾਂਡੇ 'ਚ ਬੈਠੀ ਸੀ ਅੱਜ ਮਿਸਟਰ ਕਿੰਗ ਬਾਹਰ ਗਏ ਹੋਏ ਸਨ ਤੇ ਕਪਤਾਨ ਸਵੀਟੀ ਵੀ ਸ਼ਹਿਰ 'ਚ ਨਹੀਂ ਸਨ ਫੋਨ ਖੜਕੀ ਹੈਲੋ ਮਿਸਿਸ ਕਿੰਗ ਬੋਲ ਰਹੀ ਹੈ ਸ਼ਬ ਸਵਿਰ ਮਿਸਿਸ ਕਿੰਗ ਮੈਂ ਮਿਸਿਸ ਨੈਸਫੀਲਡ ਅਸੀਂ ਪ੍ਰੀਤ ਲੜੀ ਦੇ ਸਾਰੇ ਮੈਂਬਰ ਪਰਿਵਾਰਾਂ ਤੇ ਮਿੱਤਰਾਂ ਸਹਿਤ ਕੋਈ ਚੜ੍ਹ ਕਮੀਲ ਉੱਤੇ ਕੁਦਰਤੀ ਪਾਕ ਵਿੱਚ ਪਿਕਨਿਕ ਲਈ ਜਾ ਰਹੇ ਹਾਂ ਮਿਸਟਰ ਪ੍ਰਿੰਸ ਨੇ ਵੀ ਸਾਡੀ ਦਾਵਤ ਮੰਨ ਲਈਏ ਤੁਸੀਂ ਆਖਿਆ ਸੀ ਪਤਾ ਦੇਣਾ ਜਾ ਸਕੋਗੇ ਮੈਂ ਬੜੀ ਖੁਸ਼ ਹੋਵਾਂਗੀ ਤੁਹਾਡੀ ਬੜੀ ਮਿਹਰਬਾਨੀ ਕਦੋਂ ਤੱਕ ਤੁਰੰਦਾ ਖਿਆਲ ਜੀ ਕੋਈ ਅੱਧੇ ਘੰਟੇ ਤੱਕ ਚੰਗੀ ਗੱਲ ਮੈਂ ਬੱਚਿਆਂ ਨੂੰ ਤਿਆਰ ਕਰਕੇ ਆਉਣੀ ਆ ਧੰਨਵਾਦ ਪਾਗ ਚਕਾ ਸ਼ਹਿਰ ਤੋਂ ਕੋਈ 40 ਮੀਲ ਉੱਤੇ ਇੱਕ ਜੰਗਲ ਸੀ ਜਿਹਨੂੰ ਪਤਲਾ ਕਰਕੇ ਕੁਦਰਤੀ ਪਾਰਕ ਦੀ ਸ਼ਕਲ ਦਿੱਤੀ ਹੋਈ ਸੀ ਇਸ ਵਿੱਚ ਇੱਕ ਛੋਟੀ ਜੀ ਨਦੀ ਲੰਘਦੀ ਸੀ ਤੇ ਵਿੱਚ ਤਿੰਨ ਚਾਰ ਸੁੰਦਰ ਚਸ਼ਮੇ ਵੀ ਸਨ ਵਿੱਚੋਂ ਦੀ ਇੱਕ ਪੱਕੀ ਸੜਕ ਤੇ ਹਰ ਪਾਸੇ ਅਨੇਕਾਂ ਪੱਕ ਡੰਡੀਆਂ ਤੇ ਕੱਚੇ ਰਸਤੇ ਬਣੇ ਹੋਏ ਸਨ ਇਹ ਕੁਦਰਤੀ ਪਾਗ ਕਈ 100 ਏਕੜਾਂ ਵਿੱਚ ਖਿਲਰੀ ਹੋਈ ਸੀ ਇੱਕ ਰੌਸ਼ਨ ਖੇਤੇ ਉੱਤੇ ਇੱਕ ਰੌਸ਼ਨ ਜੀ ਪਾਰਟੀ ਮੱਕਈ ਦੀਆਂ ਛਲੀਆਂ ਭੁੰਨ ਰਹੀ ਸੀ। ਹਰ ਕਿਸੇ ਦੇ ਹੱਥ ਖੱਗਿਆਂ ਸਮੇਤ ਭੁੱਜੀਆਂ ਛਲੀਆਂ ਫੜੀਆਂ ਸਨ। ਜਿਉ ਜੀ ਜਿਉ ਜੇ ਸੁਨਹਿਰੀ ਛਲੀਆਂ ਦੇ ਦਾਣੇ ਸਨ, ਉਹੋ ਜੀ ਸੁਨਹਿਰੀ ਹਰ ਕਿਸੇ ਦੀ ਮੁਸਕਰਾਹਟ ਸੀ। ਮਿਸਟਰ ਪ੍ਰਿੰਸ ਦੇ ਸੁਨਹਿਰੀ ਫਲਸਫੇ ਦਾ ਆਮਲੀ ਦ੍ਰਿਸ਼ ਸੀ। ਹਰ ਕੋਈ ਹਰ ਕਿਸੇ ਦਾ ਅਜ਼ੀਜ਼ ਜਾਪ੍ਰਿਆ ਸੀ ਕਿ ਪਤੀ ਕੀ ਪਤਨੀਆਂ ਸੁਤੰਤਰ ਸ਼ੂਬੀ ਚਾਵਾਂ ਦੇ ਸਾਗਰ ਚ ਤਰਦੇ ਦਿਸ ਰਹੇ ਸਨ ਕਿਸੇ ਨੂੰ ਕਿਸੇ ਕੋਲੋਂ ਝਿਜਕ ਨਹੀਂ ਸੀ ਤੇ ਮਿਸਟਰ ਪ੍ਰਿੰਸ ਨੂੰ ਤੇ ਬਹੁਤੀਆਂ ਇਸਤਰੀਆਂ ਇਹੋ ਸਮਝ ਰਹੀਆਂ ਸਨ ਜੀ ਕਰੋ ਉਹਨਾਂ ਦਾ ਹੀ ਕੋਈ ਭਰਾ ਹੁੰਦਾ ਸਿਰਫ ਹੈਲਿਨਾ ਵਿੱਚ ਸੰਕੋਚ ਪ੍ਰਤਕ ਸੀ ਪਰ ਪ੍ਰਸ਼ੰਸਾ ਉਹਦੀ ਨਿਰਸੰਦੇਹ ਸੀ ਤਾਸ਼ ਖੇਡੀ ਗਈ ਅੱਖਾਂ ਬਨ ਕੇ ਛੂਛਵਾਈ ਖੇਡੀ ਗਈ ਲੱਕੜਾਂ ਹੱਥੀਂ ਚੁਣ ਕੇ ਚਾਹ ਤਿਆਰ ਕੀਤੀ ਗਈ ਸੈਂਡਵਿਚਾਂ ਬਣਾਈਆਂ ਗਈਆਂ ਜਿਉਂ ਦਿਹਾ ਸੁਨਹਿਰੀ ਸੂਰਜ ਚਮਕ ਰਿਹਾ ਸੀ ਉਹੋ ਜਿਹੀ ਕੋਈ ਸੁਨਹਿਰੀ ਭਾਵਨਾ ਉਸ ਪਾਰਟੀ ਚ ਪ੍ਰਵੇਸ਼ ਕਰ ਰਹੀ ਸੀ ਕਿਸੇ ਨੂੰ ਕੋਈ ਗਿਲਾ ਨਹੀਂ ਸੀ ਕਿਸੇ ਨੂੰ ਕੋਈ ਬੇਆਰਾਮੀ ਨਹੀਂ ਸੀ ਹਰ ਕੋਈ ਹਰ ਕਿਸੇ ਦਾ ਮਿੱਤਰ ਜਾਪਦਾ ਸੀ ਮਿਸਟਰ ਪ੍ਰਿੰਸ ਨੇ ਕਈ ਤਸਵੀਰਾਂ ਲਈਆਂ ਸਾਂਝਾ ਗਰੁੱਪ ਜੋੜਿਆ ਜੋੜਿਆਂ ਦੀਆਂ ਕਈ ਇਕੱਲਿਆਂ ਦੀਆਂ ਪੇਸ ਵਟਾ ਕੇ ਇਸ ਵੇਲੇ ਹੈਲਿਨਾ ਇੱਕ ਟੱਠੇ ਹੋਏ ਬਿਰਚ ਦੇ ਤਣੇ ਉੱਤੇ ਬੈਠੀ ਤੇ ਮਿਸਟਰ ਪ੍ਰਿੰਸ ਕੈਮਰਾ ਫੋਕਸ ਕਰ ਰਿਹਾ ਸੀ ਇਸ ਦੌਰਾਨ ਆਪਣੀ ਆਦਤ ਮੁਤਾਬਕ ਮਿਸਟਰ ਪ੍ਰਿੰਸ ਨੇ ਹੈਲਿਨਾ ਦੀਆਂ ਕਈ ਸਿਫਤਾਂ ਕੀਤੀਆਂ ਨਿਖੜਿਆ ਕੁੰਡਲ ਕੋਟ ਦੀ ਬਿੱਤਰ ਰੋਂ ਸਿਰ ਬੈਠਣ ਦੀ ਆਸਾਨੀ ਹੈਲਿਨਾ ਦੀ ਅੰਗਲਾਂ ਦੇ ਰੰਗ ਤੋਂ ਸਪਸ਼ਟ ਹੋ ਰਿਹਾ ਸੀ ਕਿ ਉਹਦੀ ਆਤਮਾ ਦੀਆਂ ਡੂੰਘਾਈਆਂ 'ਚ ਕੋਈ ਹਲਚਲ ਹੋ ਰਹੀ ਸੀ ਮਿਸਿਸ ਨੈਸਫੀਲਡ ਨੇ ਆਪਣਾ ਕੈਮਰਾ ਕੱਢ ਕੇ ਚਾਇਆ ਕਿ ਮਿਸਟਰ ਪ੍ਰਿੰਸ ਸਮੇਤ ਗਰੁੱਪ ਦੀ ਫੋਟੋ ਲਈ ਜਾਵੇ ਉਦੇ ਸੱਜੇ ਖੱਬੇ ਬਹਿਣ ਤੋਂ ਮਿੱਠੀ ਜੀ ਬੈਸਟ ਸੈਟ ਪਈ ਹਰ ਕੋਈ ਆਪਣੇ ਹੱਕ ਦਾ ਵਿਸ਼ਵਾਸੀ ਸੀ ਉਲਕ ਮਿਸਸਿਸ ਨੈਸਫੀਲਡ ਨੇ ਹੈਲਿਨਾ ਨੂੰ ਸੱਜੇ ਤੇ ਇੱਕ ਹੋਰ ਗੈਰ ਮੈਂਬਰ ਇਸਤਰੀ ਨੂੰ ਖੱਬੇ ਬਿਠਾ ਕੇ ਤਸਵੀਰ ਖਿੱਚ ਲਈ ਇਸ ਪਿਕਨਿਕ ਦੇ 4 ਦਿਨਾਂ ਬਾਅਦ ਹੈਲਿਨਾ ਨੂੰ ਮਿਸਟਰ ਪ੍ਰਿੰਸ ਵੱਲੋਂ ਪਿਕਨਿਕ ਦੀਆਂ ਤਸਵੀਰਾਂ ਦੇ ਛਾਪ ਪਹੁੰਚੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਹੈਲਿਨਾ ਦੀ ਫੇਰ ਉਹ ਅਵਸਥਾ ਹੋ ਗਈ ਜੋ ਸਨ ਪ੍ਰਿੰਸ ਦੇ ਕੈਮਰੇ ਸਾਹਮਣੇ ਬਿਰਚ ਦੇ ਤਣੇ ਉੱਤੇ ਬੈਠੀ ਦੀ ਸੀ ਪੰਗਰੀਆਂ ਹੋਈਆਂ ਅੱਖਾਂ ਤੇ ਗੱਲਾਂ ਉਸੇ ਘੜੇ ਜਾ ਕੇ ਹੈਲਿਨਾ ਨੇ ਪੱਤਰ ਲਿਖਿਆ ਉਹ ਦਿਲ ਦੀਆਂ ਬੁੱਝਣ ਵਾਲੀ ਆਤਮਾ ਤਸਵੀਰਾਂ ਪਹੁੰਚੀਆਂ ਬੀਤ ਗਏ ਸੁਨਹਿਰੀ ਦਿਨਦਿਆਂ ਸੰਭੀਆਂ ਜਾਣ ਵਾਲੀਆਂ ਯਾਦਾਂ ਇਹੋ ਜੇ ਦਿਨ ਮੇਰੀ ਜ਼ਿੰਦਗੀ 'ਚ ਬਹੁਤੇ ਨਹੀਂ ਆਏ ਮੈਂ ਇਹਨਾਂ ਨੂੰ ਕੁੱਟ-ਕੁੱਟ ਕੇ ਸਾਂਭਣ ਦੀ ਆਦੀ ਹੋ ਗਈਆਂ ਇਹ ਮੇਰਾ ਗਿਲਾ ਨਹੀਂ ਮੈਨੂੰ ਜ਼ਿੰਦਗੀ ਨੇ ਬਦਲਾਂ ਨਾਲ ਦਿਲ ਪਰਚਾਉਣਾ ਵੀ ਸਿਖਾ ਦਿੱਤਾ ਪਰ ਫਿਰ ਵੀ ਖਿੜੀ ਧੁੱਪ ਦੀ ਯਾਦ ਨੂੰ ਸਾਂਭਣ ਦੀ ਆਦਤ ਨਹੀਂ ਭੁੱਲੀ ਤੁਸੀਂ ਬਹੁਤ ਕੁਝ ਜਾਣਦੇ ਹੋ ਪਰ ਤੁਸੀਂ ਇਹ ਤੇ ਨਹੀਂ ਜਾਣ ਸਕੇ ਹੋਣੇ ਕਿ ਉਸ ਵੇਲੇ ਮੇਰੀ ਅਵਸਥਾ ਕੀ ਸੀ ਜਦੋਂ ਮੈਂ ਤੁਹਾਡੇ ਕੈਮਰੇ ਦੇ ਸਾਹਮਣੇ ਬੈਠੀ ਸੀ ਪਤਾ ਨਹੀਂ ਕਿਉਂ ਪਹਿਲੇ ਦਿਨ ਤੋਂ ਹੀ ਜਦੋਂ ਮੈਂ ਤੁਹਾਨੂੰ ਸਗਲ ਜਮਾਤੀ ਕਲੱਬ ਵਿੱਚ ਬੋਲਦਿਆਂ ਸੁਣਿਆ ਸੀ ਮੈਨੂੰ ਇਹਉਂ ਜਾਪਿਆ ਕਿ ਤੁਹਾਡੇ ਸਾਹਮਣੇ ਬੇਸਰੀਰ ਹੋਣ ਦੀ ਇੱਕ ਅਨੋਖੀ ਜੀ ਅਵਸਥਾ ਮੇਰੇ ਉੱਤੇ ਛਾ ਜਾਂਦੀ ਹੈ ਤੁਸੀਂ ਉਸ ਦਿਨ ਕੈਮਰੇ ਦੇ ਉੱਤੇ ਜੋ ਕੁਝ ਮੈਨੂੰ ਕਹਿ ਰਹੇ ਸੋ ਮੈਂ ਬਿਲਕੁਲ ਸੁਣ ਨਹੀਂ ਸਕਦੀ ਸਿਰਫ ਮਹਿਸੂਸ ਕਰ ਰਹੀ ਸਾਂ ਜਿਕਰ ਕਿਸੇ ਡਾਡੇ ਨਿੱਕੇ ਦਿਨ ਠੰਡੀ ਠੰਡੀ ਫੁਆਰ ਪੈ ਰਹੀ ਸੀ ਅੱਜ ਗਰੁੱਪ ਦੀ ਤਸਵੀਰ 'ਚ ਤੁਹਾਨੂੰ ਆਪਣੇ ਨਾਲ ਬੈਠਾ ਵੇਖ ਕੇ ਮੈਂ ਮੇਰਾ ਉਹੀ ਹਾਲ ਹੋ ਗਿਆ ਮੈਂ ਇਸ ਅਵਸਥਾ ਨੂੰ ਸਮਝਣਾ ਚਾਹੁੰਦੀ ਆ ਕਿ ਮੈਂ ਭੈੜੀ ਇਸਤਰੀਆਂ ਕਿ ਬੱਚਿਆਂ ਦੀ ਮਾਂ ਤੇ ਪਤਨੀ ਪਤੀ ਦੀ ਪਤਨੀ ਨੂੰ ਇਸ ਤੋਂ ਸ਼ਰਮਿੰਦਿਆ ਹੋਣਾ ਚਾਹੀਦਾ ਮੈਂ ਇਹ ਅਵਸਥਾ ਮੰਗਣ ਦਾ ਕਸੂਰ ਕਦੀ ਨਹੀਂ ਕੀਤਾ ਮੈਂ ਇਹ ਵੀ ਨਿਰਣਾ ਨਹੀਂ ਕਰ ਸਕਦੀ ਕਿ ਇੱਕ ਖਤਮਾ ਨੂੰ ਲਿਖਣਾ ਚਾਹੀਦਾ ਹੈ ਕਿ ਨਹੀਂ ਮੇਰੇ ਸਾਹਮਣੇ ਅੰਗੀਠੀ ਮਗ ਰਹੀ ਹੈ ਕਈ ਵਾਰੀ ਜੀ ਕੀਤਾ ਕਿ ਇਹ ਖਤ ਮੈਂ ਇਸ ਚ ਸੁੱਟ ਦਿਆਂ ਸ਼ਾਇਦ ਔੜ ਕੇ ਇਹਨਾਂ ਲਾਟਾਂ ਚੀ ਮੇਰੇ ਦਿਲ ਦੀ ਤਰ੍ਹਾਂ ਲਾਲ ਹੋ ਕੇ ਰਾਖ ਬਣ ਜਾਏਗਾ ਮੈਂ ਜ਼ਰੂਰ ਸ਼ੁਦਾਇਨ ਹੋਵਾਂਗੀ ਮੈਂ ਕਿਸੇ ਹੋਰ ਨੂੰ ਇਹ ਖਤ ਨਹੀਂ ਲਿਖ ਸਕਦੀ ਸਮੇਂ ਦੇ ਅਨੁਕੂਲ ਹੋਣ ਦਾ ਮੈਨੂੰ ਕੁਝ ਅਭਿਮਾਨ ਜਿਹਾ ਵੀ ਹੈ ਮੈਂ ਆਪਣੇ ਪਤੀ ਨੂੰ ਕਿਸੇ ਵੱਡੇ ਤੋਂ ਵੱਡੇ ਦੇ ਸਾਹਮਣੇ ਵੀ ਹੌਲਾ ਹੋਇਆ ਨਹੀਂ ਸਹਾਰ ਸਕਦੀ ਪਰ ਦੱਸੋਗੇ ਮੈਂ ਕਿਉਂ ਆਪਣੇ ਆਪ ਨੂੰ ਇਹ ਪੱਤਰ ਲਿਖਣੋਂ ਰੋਕ ਨਹੀਂ ਸਕੀ ਤਾਂ ਵੀ ਮੈਨੂੰ ਕੋਈ ਪਛਤਾਪ ਨਹੀਂ ਸ਼ਾਇਦ ਇਸ ਲਈ ਕਿ ਮੈਂ ਕਿਸੇ ਮਿਸਟਰ ਪ੍ਰਿੰਸ ਨੂੰ ਨਹੀਂ ਸਗੋਂ ਕਿਸੇ ਸਮਝ ਸਕਣ ਵਾਲੀ ਆਤਮਾ ਨੂੰ ਲਿਖ ਰਹੀ ਹਾਂ ਉਹ ਨਾ ਮਰਦ ਹੈ ਨਾ ਇਸਤਰੀ ਮੈਂ ਚਾਹਨੀ ਆਪ ਮੇਰੀ ਆਤਮਾ ਅੰਦਰ ਛਾਤੀ ਮਾਰੋ ਮੇਰੇ ਰੋਗ ਦਾ ਨਿਰਣਾ ਕਰੋ ਜੇ ਮੇਰੇ ਅੰਦਰੋਂ ਅੰਦਰ ਕੋਈ ਮੈਲ ਵੱਧ ਰਹੀ ਹੈ ਤਾਂ ਹਰ ਕਿਸਮ ਦਾ ਆਤਮਿਕ ਆਪਰੇਸ਼ਨ ਮੈਨੂੰ ਪ੍ਰਵਾਨ ਹੋਏਗਾ ਆਪ ਮੈਨੂੰ ਮਿਲੋ ਤੇ ਵੇਖੋ ਤੇ ਸਲਾਹ ਦਿਓ हे पूरब देशियाणे ते दिलांदे शहजादे मेरे अंदर कोई पटकना है आप दी जिनु अपना नाम नहीं लिखना चाहिए एक खत पढ़ के मिस्टर प्रिंस ने हेलेना नु अपने लासानी शब्दਾਂ ਚ यकीन दुवाया कि बड़ी मीठी कीमती ते पवित्र आत्मा स्त्री है ओ स्वर्गीय आत्मा मां विच मैल नहीं टिक सकदी मैल सिर्फ खुशी दे भूखे अंदर ठिकाणा फड़ सकदी है प्यार दी भूख मैल तो कछी आंदी है ते ओने हेलेना नु मिसेस नेसफील्ड दे ਕਰ ਚਾਹਤੇ ਬੁਲਾਇਆ ਚਾਹ ਦੇ ਬਾਅਦ ਮਿਸਿਸ ਨੈਸਫੀਲਡ ਨੇ ਹੈਲਿਨਾ ਨੂੰ ਮਿਸਟਰ ਪ੍ਰਿੰਸ ਨਾਲ ਇਕੱਲੀ ਬੋਲ ਚੱਲਦਾ ਅਫਸਰ ਦਿੱਤਾ ਮਿਸਟਰ ਪ੍ਰਿੰਸ ਦੀ ਵੱਡੀ ਖੁਸ਼ੀ ਇਹ ਸੀ ਕਿ ਕੋ ਮੁਲਾਕਾਤ ਚੋ ਦੂਜੇ ਨੂੰ ਉਮਰ ਭਰ ਦੀ ਦੋਸਤੀ ਦਾ ਅਹਿਸਾਸ ਕਰਾ ਦਿੰਦਾ ਸੀ ਤੇ ਸੰਕੋਚ ਹਟਾ ਦਿੰਦਾ ਸੀ ਹੈਲਿਨਾ ਉੱਤੇ ਭਾਵੇਂ ਉਹੀ ਬੇਸਰੀਰ ਹੋਣ ਦੀ ਅਵਸਥਾ ਛਾ ਚੁੱਕੀ ਸੀ ਪਰ ਮਿਸਟਰ ਪ੍ਰਿੰਸ ਦੀ ਦਲੇਰੀਆਂ ਦੇਣ ਵਾਲੀ ਆਦਾਨੀ ਹੈਲਿਨਾ ਨੂੰ ਕਈ ਪ੍ਰਸ਼ਨ ਪੁੱਛਣ ਦੀ ਤਾਕਤ ਦੇ ਦਿੱਤੀ ਤੁਸੀਂ ਮਿਸਿਸ ਨੈਸਫੀਲਡ ਨੂੰ ਪਿਆਰ ਕਰਦੇ ਹੋ ਹਾਂ ਮੈਂ ਕਰਦਾ ਤੇ ਉਸ ਦਿਨ ਮੈਂ ਵੇਖਿਆ ਕਈਆਂ ਹੋਰਨਾਂ ਨਾਲ ਵੀ ਆਪ ਦਾ ਪਿਆਰ ਲੁਕਿਆ ਨਹੀਂ ਸੀ ਤੇ ਤੁਹਾਡਾ ਕੀ ਖਿਆਲ ਹੈ ਮੇਰੇ ਮੇਰਾ ਤੁਹਾਡੇ ਨਾਲ ਪਿਆਰ ਹੈ ਕਿ ਨਹੀਂ ਕਿਸੇ ਘੜੀ ਤੇ ਮੈਨੂੰ ਜਾਪਦਾ ਸੀ ਤੁਸੀਂ ਮੈਨੂੰ ਮਿਸਿਸ ਨੈਸਫੀਲਡ ਨਾਲੋਂ ਘੱਟ ਪਿਆਰ ਨਹੀਂ ਸੋ ਕਰਦੇ ਮਿਸਟਰ ਪ੍ਰਿੰਸ ਦੇ ਬੁੱਲਾਂ ਤੇ ਅੱਖਾਂ ਵਿੱਚ ਉਹੀ ਮੁਸਕਰਾਹਟ ਆਈ ਜਿਹੜੀ ਆਪ ਮਹਾਰੇ ਦੂਜੇ ਵਿੱਚ ਕਿਸੇ ਹਰਕਤ ਦੀ ਪ੍ਰੇਰਣਾ ਪੈਦਾ ਕਰਦੀ ਹੈ ਹੈਲਿਨਾ ਨੇ ਉਹਦੇ ਦੋਵੇਂ ਹੱਥ ਬੜੀ ਸ਼ਰਦਾ ਨਾਲ ਫੜ ਲਏ ਪਰ ਤੁਸ ਤਾਂ ਵਿਆਹੀ ਹੋਇਓ ਹਾਂ ਤੇ ਮੈਂ ਅੱਜਕੱਲ ਇਹ ਆਪਣੀ ਪਤਨੀ ਨੂੰ 56 ਸਫ਼ੇ ਦਾ ਖੱਤ ਲਿਖਿਆ 56 ਸਫ਼ੇ ਦਾ ਹਾਂ ਮੈਂ ਇਤੋਂ ਵੀ ਲੰਮੇ ਖੱਤ ਆਪਣੀ ਪਤੀ ਪਤਨੀ ਨੂੰ ਲਿਖੇ ਹਨ ਇਹ ਤੁਸੀਂ ਕੀ ਕਰ ਸਕਦੇ ਹੋ ਇੰਨਿਆਂ ਨਾਲ ਕਿ ਕਰ ਵਫਾ ਨਿਭਾ ਸਕਦੇ ਹੋ ਕਿ ਕਰ ਸਾਰਿਆਂ ਨੂੰ ਈਰਖਾ ਦੇ ਪਲਚਿਆਂ ਵਿੱਚੋਂ ਬਚਾ ਸਕਦੇ ਹੋ ਤੁਸੀਂ ਆਪਣੇ ਕੋਲੋਂ ਹੀ ਇਹਦਾ ਉੱਤਰ ਲੈ ਸਕਦੇ ਹੋ ਕਿ ਤੁਸੀਂ ਮਿਸਿਸ ਨੈਸਫੀਲਡ ਦੇ ਨਾਲ ਈਰਖਾ ਕਰਦੇ ਹੋ ਕਿ ਤੁਹਾਨੂੰ ਮੇਰੀ ਪਤਨੀ ਨਾਲ ਈਰਖਾ ਹੈ ਨਹੀਂ ਨਹੀਂ ਮਿਸਿਸ ਨੈਸਫੀਲਡ ਮੈਨੂੰ ਇੱਡੀ ਪਿਆਰੀ ਕਦੇ ਨਹੀਂ ਸੀ ਲੱਗੀ ਹੁਣ ਮੈਂ ਕਈ ਵਾਰ ਦਿਨ ਚ ਫੋਨ ਉੱਤੇ ਉਸ ਨਾਲ ਗੱਲਾਂ ਕਰਦੀਆਂ ਮੈਨੂੰ ਇਉਂ ਜਾਪਦਾ ਜਿਕਰ ਮੇਰਾ ਉਸ ਨਾਲ ਇਸ਼ਕ ਹੁੰਦਾ ਹੈ ਤੇ ਮੇਰੀ ਪਤਨੀ ਬਾਬਤ ਖਿਆਲ ਹੀ ਖਿਆਲ ਚ ਮੈਂ ਉਹਨੂੰ ਜਫੀਆਂ ਪਾਉਣੀ ਆ ਤੇ ਹੈਲਿਨਾ ਨੇ ਆਪਣੇ ਗਲੋਂ ਲਾਲ ਮਣਕਿਆਂ ਦੀ ਮਾਲਾ ਲਾ ਲੀ ਤੇ ਮਿਸਟਰ ਪ੍ਰਿੰਸ ਮੈਂ ਬੜੀ ਖੁਸ਼ ਹੋਵਾਂਗੀ ਜੇ ਤੁਸੀਂ ਇਹ ਮਾਲਾ ਮੇਰੇ ਵੱਲੋਂ ਆਪਣੀ ਪਤਨੀ ਨੂੰ ਭੇਜ ਦਿਓ ਮੰਨੋਗੇ ਜ਼ਰੂਰ ਮੰਨਾਂਗਾ ਹੈਲਿਨਾ ਨੂੰ ਇਹ ਆਸ ਨਹੀਂ ਸੀ ਕਿ ਮਿਸਟਰ ਪ੍ਰਿੰਸ ਉਹਦੀ ਇਹ ਗੱਲ ਮੰਨ ਸਕੇਗਾ ਕਿਉਂਕਿ ਇਹ ਉਹ ਮਾਲਾ ਕੁਝ ਕੀਮਤੀ ਸੀ ਤੇ ਐਡਾ ਇਹਸਾਨ ਕਿਸੇ ਦਾ ਚੱਲਣ ਲਈ ਬੜੀ ਦਲੇਰੀ ਲੋੜੀਂਦੀ ਏ ਤੁਸੀਂ ਕਿੱਡੇ ਚੰਗੇ ਹੋ ਤੁਸੀਂ ਜ਼ਰੂਰ ਰਾਜ਼ੀ ਆਪਣੀ ਪਤਨੀ ਨੂੰ ਲਿਖਣਾ ਕਿ ਇਹ ਮਾਲਾ ਮੈਂ ਕਈ ਵਾਰੀ ਪਹਿਨੀ ਹੈ ਇਹ ਮੇਰੀ ਕੋ ਪਿਆਰੀ ਮਲਕੀਅਤ ਸੀ ਤੇ ਜਦੋਂ ਇਨੂੰ ਬੰਨਣਗੇ ਮੈਨੂੰ ਉਹਨਾਂ ਦੀ ਗਲਵਕੜੀ ਦਾ ਰਸ ਆਏਗਾ ਤਾਂ ਮੇਰੀ ਚੰਗੀ ਹੈਲਿਨਾ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਜ਼ਿੰਦਗੀ ਵਿੱਚ ਇੱਕ ਇਹੋ ਜਿਹਾ ਜਜ਼ਬਾ ਵੀ ਪੈਦਾ ਕੀਤਾ ਜਾ ਸਕਦਾ ਹੈ ਜਿਹੜਾ ਈਰਖਾ ਤੋਂ ਬਿਲਕੁਲ ਖਾਲੀ ਹੋਵੇ ਸਮਝ ਤੇ ਮੈਨੂੰ ਕੋਈ ਨਹੀਂ ਆਈ ਪਰ ਮੈਂ ਇਸ ਜਜ਼ਬੇ ਨੂੰ ਮਹਿਸੂਸ ਕਰ ਸਕਦੀ ਹਾਂ ਤੇ ਬੇਸਰੀਰ ਮੇਰੀ ਆਤਮਾ ਹਰ ਕਿਸੇ ਦੇ ਗੱਲ ਲੱਗਣਾ ਚਾਹੁੰਦੀ ਹੈ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕੀ ਮੈਂ ਵਫਾਦਾਰ ਹਾਂ ਕਿ ਮੈਂ ਚੰਗੀ ਇਸਤਰੀਆਂ ਕੇ ਪੈੜੀ ਇਸ ਸਮਝਾਉਣ ਦਾ ਯਤਨ ਮੈਂ ਕੁਝ ਵਿਸਥਾਰ ਨਾਲ ਕਰਾਂਗਾ ਵਫਾਈ ਕੋ ਨਾਲ ਖਤਮ ਨਹੀਂ ਹੋ ਜਾਂਦੀ ساری ਜ਼ਿੰਦਗੀ ਵਫਾ ਮੰਗਦੀ ਹੈ ਜਿਹੜਾ ਕੋਈ ਸਦੀਵਤਾ ਨਾਲ ਵਫਾਦਾਰ ਹੋਣਾ ਚਾਹੁੰਦਾ ਹੈ ਜ਼ਿੰਦਗੀ ਦੀ ਹਰ ਘੜੀ ਨਾਲ ਵਫਾ ਕਰਨੀ ਪਵੇਗੀ ਪਤਨੀ ਨਾਲ ਮੇਰੀ ਵਫਾ ਮੈਥੋਂ ਮੰਗ ਕਰਦੀ ਹੈ ਕਿ ਮੈਂ ਜੀਵਨ ਮਾਰਗ ਦੇ ਹਰੇਕ ਸਾਥ ਨਾਲ ਵਫਾ ਕਰਾਂ ਹਰ ਸਾਥੀ ਦੇ ਹੱਕ ਹਨ ਹਰ ਕੋਈ ਪਿਆਰ ਲੈ ਕੇ ਹੀ ਖੁਸ਼ ਹੁੰਦਾ ਹੈ ਮੁਸਕਰਾਟ ਦਾ ਇਚਾਵਨ ਹੁੰਦਾ ਹੈ ਸਿਫਤ ਦਿਲਾਸੇ ਦਾ ਭੁੱਖਾ ਤੇ ਨਿੱਗ ਦਾ ਲੋੜ ਬੰਦ ਹੁੰਦਾ ਹੈ ਜੇ ਨਾ ਚੁ ਕੁਝ ਵੀ ਮੈਂ ਦੇ ਸਕਦਾ ਤਾਂ ਨਾ ਦੇਣਾ ਬੇਵਫਾਈ ਹੈ ਸਾਰੀ ਦੁਨੀਆ ਨਾਲ ਸੱਚ ਬੋਲਣ ਵਾਲਾ ਜੇ ਕਿਸੇ ਇੱਕ ਨਾਲ ਝੂਠ ਬੋਲ ਸਕਦਾ ਹੈ ਤਾਂ ਉਹ ਸਤਵਾਦੀ ਨਹੀਂ ਅਖਵਾ ਸਕਦਾ ਇਸੇ ਤਰ੍ਹਾਂ ਕਿਸੇ ਇੱਕ ਨਾਲ ਬੇਵਫਾਈ ਕਰ ਸਕਣ ਵਾਲਾ ਵਫਾਦਾਰ ਨਹੀਂ ਮੰਨਿਆ ਜਾ ਸਕਦਾ ਨਾਲੇ ਸਿਫਤ ਦਿਲਾਸਾ ਮੁਸਕਰਾਟ ਉਹ ਚੀਜ਼ਾਂ ਹਨ ਕਿ ਦਿੱਤਿਆਂ ਘਟਨ ਦੀ ਥਾਂ ਵਧਦੀਆਂ ਹਨ ਇਸ ਲਈ ਜਦੋਂ ਮੈਂ ਆਪਣੇ ਜੀਵਨ ਸਾਥੀ ਕੋਲ ਇੰਨੇ ਸਾਲਾਂ ਦੇ ਵਿਛੋੜੇ ਬਾਅਦ ਮੁੜਾਂਗਾ ਤਾਂਗੇ ਨਾਲੋਂ ਅਮੀਰ ਤੇ ਵਡੇਰੀ ਵਫਾ ਦੇ ਯੋਗ ਹੋ ਕੇ ਮੁੜਾਂਗਾ ਵਫਾ ਚੀਰਖਾ ਨਹੀਂ ਹੋ ਸਕਦੀ ਵਫਾ ਨੂੰ ਕਿਸੇ ਲੁਕਾ ਚਿਪੀ ਦੀ ਲੋੜ ਨਹੀਂ ਵਫਾ ਦੇ ਸਾਰੇ ਅਮਲ ਰੌਸ਼ਨ ਹੁੰਦੇ ਹਨ ਵਫਾ ਹੀ ਆਤਮਾ ਨੂੰ ਬੇ ਸੰਕੋਚਤਾ ਪੈਦਾ ਕਰ ਸਕਦੀ ਹੈ ਜਿਹਦਾ ਹਰੇਕ ਅਮਲ ਅਚਕ ਹੋ ਜਾਂਦਾ ਹੈ ਪ੍ਰਿੰਸ ਬਾਬਤੇ ਗੱਲਾਂ ਮਸ਼ਹੂਰ ਹੋ ਗਈ ਸੀ ਕਿ ਉਹਦੇ ਲਫ਼ਜ਼ਾਂ ਦੀ ਭਾਵੇਂ ਕਿਸੇ ਨੂੰ ਸਮਝ ਆਵੇ ਜਾਂ ਨਾ ਆਵੇ ਉਦੇ ਬੋਲ ਚ ਕੁਝ ਇਹੋ ਜਿਹਾ ਅਸਰ ਸੀ ਕਿ ਭਾਵ ਦੀ ਗਲਤੀ ਨਹੀਂ ਸੀ ਲੱਗਦੀ। ਉਹਦੇ ਸ਼ਬਦ ਕੰਨਾਂ ਤੋਂ 헤ਠਾਂ ਆਤਮਾ ਦੀ ਤਹਿ ਵਿੱਚ یوں ਰਚ ਜਾਂਦੇ ਸਨ ਜਿਕਰ ਵਰਖਾ ਦੀਆਂ ਨਿੱਕੀਆਂ ਕਣੀਆਂ ਕਿਸੇ ਨਿਰਮਲ ਝੀਲ ਦੇ ਸੀਨੇ ਵਿੱਚ ਨਾ ਕੋਈ ਛਿੱਟ ਨਾ ਕੋਈ ਸ਼ੋਰ ਨਾ ਚਿੱਕੜ ਨਾ ਉਹ ਝਾਲਾ। ਪ੍ਰਿੰਸ ਦੇ ਦੋਵੇਂ ਹੱਥ ਹੈਲਿਨਾ ਦੇ ਹੱਥਾਂ 'ਚ ਫੜੇ ਹੋਏ ਸਨ। ਹੈਲਿਨਾ ਦੀਆਂ ਅੱਖਾਂ ਮੀਟੀਆਂ ਹੋਈਆਂ ਸਨ ਤੇ ਚਿਹਰੇ ਦਾ ਪ੍ਰਭਾਵ ਡੂੰਘੇ ਅਮਨ ਨਾਲ ਭਰਪੂਰ ਸੀ। ਜਦੋਂ ਪ੍ਰਿੰਸ ਛੁੱਪ ਕਰ ਗਿਆ ਤਾਂ ਹੈਲਿੰਨਾ ਦੀਆਂ ਅੱਖਾਂ ਖੁੱਲੀਆਂ ਉਸ ਦੋਵੇਂ ਹੱਥ ਬੁੱਲਾਂ ਨਾਲ ਲਾ ਲਈ ਆਹ ਮੇਰੇ ਪ੍ਰਿੰਸ ਮੈਨੂੰ ਆਪਣਾ ਰੋਗ ਲੱਪਿਆ ਵਫਾਦਾਰ ਬਣਨ ਦੇ ਖਿੱਚਵੇਂ ਯਤਨਾਂ 'ਚ ਮੈਂ ਵਫਾਗੋਆ ਬੈਠੀ ਸਾਂ ਇਹਦੀ ਘਾਟ ਮੇਰੀ ਤਕਲੀਫ ਸੀ ਮੈਂ ਕਿਸੇ ਨਾਲ ਵਫਾ ਨਹੀਂ ਕਰ ਸਕੀ ਮੈਨੂੰ ਭੁਲੇਖਾ ਰਿਹਾ ਕਿ ਮੈਂ ਪਤੀ ਵਰਤਾ ਹਾਂ ਕਿਉਂਕਿ ਮੈਂ ਸਰੀਰਕ ਨੁਕਤੇ ਤੋਂ ਆਪਣੇ ਆਪ ਨੂੰ ਪਵਿੱਤਰ ਰੱਖ ਸਕਦੀ ਹਾਂ ਪਰ ਮੈਂ ਹਮੇਸ਼ਾ ਪਤੀ ਕੋਲੋਂ ਮੰਗਦੀ ਹੀ ਰਹੀ ਹਾਂ ਸਭ ਕੁਝ ਦਿੱਤਾ ਕਦੇ ਵੀ ਕੁਝ ਨਹੀਂ ਮੈਂ ਕਪਤਾਨ ਸਵੀਟੀ ਦੇ ਹੋਰ ਸਾਰੇ ਮਿੱਤਰਾਂ ਦੋਸਤਾਂ ਕੋਲੋਂ ਆਸਾਂ ਹੀ ਰੱਖਦੀ ਰਹੀਆਂ ਸ਼ਿਕਵੇ ਕਰਦੀ ਰਹੀਆਂ ਮੈਂ ਕਿਸੇ ਨੂੰ ਕੁਝ ਨਹੀਂ ਦਿੱਤਾ ਤੁਸੀਂ ਪ੍ਰਿੰਸ ਅੱਜ ਮੇਰੇ ਅੰਦਰ ਕੋਈ ਰੂਹ ਫੂਕ ਦਿੱਤੀ ਹੈ ਮੇਰੀਆਂ ਅੱਖਾਂ ਸਾਹਮਣੇ ਇੱਕ ਨਵਾਂ ਸੰਸਾਰ ਵਿਖਾਈ ਦੇ ਰਿਹਾ ਹੈ ਮੈਂ ਆਪਣੇ ਆਪ ਨੂੰ ਮਜ਼ਲੂਮ ਸਮਝਦੀ ਰਹੀਆਂ ਪਰ ਅਸਲ 'ਚ ਮੇਰਾ ਪਤੀ ਮਜ਼ਲੂਮ ਹੈ ਜਿਹਨੂੰ ਮੈਂ ਸਿਵਾਏ ਸ਼ਿਕਾਇਤ ਦੇ ਕਦੇ ਕੁਝ ਨਹੀਂ ਦਿੱਤਾ ਮੇਰੀ ਅਸੰਤੁਸ਼ਟਾ ਅਸੰਤੁਸ਼ਟਤਾ ਹੀ ਸਾਰੇ ਘਰ ਉਤੇ ਕਟਾ ਬਣ ਕੇ ਛਾਈ ਰਹਿੰਦੀ ਹੈ ਹੁਣ ਮੈਨੂੰ ਸਾਫ਼ ਸਮਝ ਆ ਗਈ ਹੈ ਕਿ ਮੈਂ ਘਰ ਨੂੰ ਤਾਂ ਕਿਤੇ ਰਿਆ ਸਾਰੇ ਆਲੇ-ਦੁਆਲੇ ਨੂੰ ਖਿੜਾ ਸਕਦੀ ਹਾਂ ਹੈਲਿਨਾ ਮੈਂ ਸੁਣ ਕੇ ਬੜਾ ਖੁਸ਼ ਹੋਇਆ ਇਸ ਮੁਲਕ 'ਚ ਮੇਰੇ ਇਸ ਪਿਆਰ ਉੱਤੇ ਬਹੁਤਿਆਂ ਨੂੰ ਵਿਸ਼ਵਾਸ ਨਹੀਂ ਪਰ ਮੇਰਾ ਦਾਵਾ ਹੈ ਕਿ ਇਸ ਪਿਆਰ ਨੇ ਕਦੇ ਕਿਸੇ ਜੀਵਨ 'ਚ ਖਲਬਲੀ ਨਹੀਂ ਪਾਈ ਕਦੇ ਕਿਸੇ ਜੋੜੇ ਨੂੰ ਨਿਖੇੜਿਆ ਨਹੀਂ ਸਗੋਂ ਦੂਰ ਜਾਂਦੇਆਂ ਕਈਆਂ ਨੂੰ ਨੇੜੇ ਲੈ ਆਂਦਾ ਹੈ ਇਹ ਪਿਆਰ ਹੋਰ ਕੁਝ ਨਹੀਂ ਜ਼ਿੰਦਗੀ ਤੇ ਮਨੁੱਖ ਨਾਲ ਵਫਾਦਾਰੀ ਦਾ ਇਕਰਾਰ ਹੈ That chalda.